ਇੱਕ ਦਿਨ ਸਵੇਰੇ ਸਵੇਰ ਬਾਦਸ਼ਾਹ ਨੇ ਆਪਣੇ ਸੇਵਕ ਨੂੰ ਕਿਹਾ, ਜਾਓ ਜਾ ਕੇ ਬੁਲਾ ਲਿਆਓ। ਇਸ ਦੇ ਅੱਗੇ ਬਾਦਸ਼ਾਹ ਨੇ ਕੁਛ ਨਾ ਕਿਹਾ, ਸੇਵਕ ਨੇ ਵੀ ਕੁਛ ਨਾ ਪੁੱਛਿਆ, ਲੇਕਿਨ ਉਸਦੀ ਸਮਝ ਵਿੱਚ ਵੀ ਕੁਛ ਨਹੀਂ ਆ ਰਿਹਾ ਸੀ ਕਿ ਉਹ ਕਿਸ ਨੂੰ ਬੁਲਾ ਕੇ ਲਿਆਵੇ। ਉਸ ਨੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਕੋਲੋਂ ਮਦਦ ਮੰਗੀ, ਲੇਕਿਨ ਕੋਈ ਵੀ ਇਸ ਦਾ ਹੱਲ ਨਾ ਦੱਸ ਸਕਿਆ। ਅੰਤ ਵਿੱਚ ਉਹ ਬੀਰਬਲ ਕੋਲ ਗਿਆ ਅਤੇ ਉਸਦੇ ਪੈਰਾਂ ਵਿੱਚ ਡੇਗ ਕੇ ਰੋਣ ਲੱਗ ਪਿਆ, ਹਜ਼ੂਰ ਮੇਰੀ ਮਦਦ ਕਰੋ, ਮੈਂ ਬਹੁਤ ਮੁਸ਼ਕਲ ਵਿੱਚ ਹਾਂ। ਬੀਰਬਲ ਨੇ ਬੜੀ ਹੈਰਾਨੀ ਨਾਲ ਪੁੱਛਿਆ, ਦੱਸ ਤਾਂ ਸਹੀ ਕੀ ਗੱਲ ਹੈ? ਗੱਲ ਇਹ ਹੈ ਹਜ਼ੂਰ, ਬਾਦਸ਼ਾਹ ਨੇ ਹੁਣੇ ਹੁਕਮ ਦਿੱਤਾ ਹੈ ਕਿ ਜਾਓ ਜਾ ਕੇ ਬੁਲਾ ਲਿਆਓ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਨੂੰ ਬੁਲਾ ਕੇ ਲੈ ਜਾਵਾਂ। ਬੀਰਬਲ ਨੇ ਪੁੱਛਿਆ ਕਿ ਜਿਸ ਸਮੇਂ ਬਾਦਸ਼ਾਹ ਨੇ ਇਹ ਹੁਕਮ ਦਿੱਤਾ ਸੀ ਤਾਂ ਉਹ ਕੀ ਕਰ ਰਹੇ ਸਨ? ਸੇਵਕ ਨੇ ਦੱਸਿਆ ਕਿ ਹਜ਼ੂਰ ਉਹ ਨਹਾਉਣ ਦੀ ਤਿਆਰੀ ਕਰ ਰਹੇ ਸਨ। ਬੀਰਬਲ ਨੇ ਕਿਹਾ, ਜਾਓ ਜਲਦੀ ਨਾਈ ਨੂੰ ਬੁਲਾ ਕੇ ਲੈ ਆਓ, ਉਹ ਹਜਾਮ ਨੂੰ ਬੁਲਾਉਣਾ ਚਾਹੁੰਦੇ ਸਨ। ਸੇਵਕ ਨਾਈ ਨੂੰ ਬੁਲਾ ਕੇ ਲੈ ਆਇਆ। ਬਾਦਸ਼ਾਹ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਸੇਵਕ ਨੂੰ ਪੁੱਛਿਆ ਕਿ ਤੈਨੂੰ ਨਾਈ ਨੂੰ ਬੁਲਾਉਣ ਦੀ ਸਲਾਹ ਕਿਸ ਨੇ ਦਿੱਤੀ? ਤੂੰ ਤਾਂ ਇੰਨਾ ਚਲਾਕ ਨਹੀਂ ਹੈ। ਸੇਵਕ ਨੇ ਦੱਸਿਆ ਕਿ ਇਹ ਸਲਾਹ ਮੈਨੂੰ ਬੀਰਬਲ ਨੇ ਦਿੱਤੀ ਹੈ। ਬਾਦਸ਼ਾਹ ਬਹੁਤ ਖੁਸ਼ ਹੋਏ। ਦੋਸਤੋ, ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਅਤੇ ਲਾਈਕ ਕਰ ਦਿਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।